ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਵਿਰੋਧੀ ਸ਼ਬਦ ਪੜਾਂਗੇ ਜੋ ਕਿ ਪੰਜਾਬ ਦੇ ਹਰ ਇਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਇਹ ਇੱਕ ਪੰਜਾਬੀ ਗ੍ਰਾਮਰ ਦਾ ਬਹੁਤ ਇੰਪੋਰਟੈਂਟ ਟੌਪਿਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਫਸਟ ਤੋਂ ਪਹਿਲਾ ਆਪਣਾ ਵਰਡ ਹੈ ਸਖਣਾ ਸਖਣਾ ਦਾ ਵਿਰੋਧੀ ਸ਼ਬਦ ਆਪਾਂ ਚਾਰ ਆਪਸ਼ਨਾਂਸ ਦੇਖਦੇ ਹਾਂ ਰਾਈਟ ਆਨਸਰ ਕਿਹੜਾ ਹੋਊਗਾ ਸਖਣਾ ਦਾ ਓਪੋਜ਼ਿਟ ਵਰਡ ਹੈ ਪਰਿਆ ਰਾਈਟ ਆਨਸਰ ਸੀ ਨੈਕਸਟ ਹਨੇਰਾ ਹਨੇਰੇ ਦਾ ਓਪੋਜ਼ਿਟ ਵਰਡ ਚਾਨਣ ਰਾਈਟ ਆਨਸਰ ਏ ਨੈਕਸਟ ਸੁਖੀ ਇਹ ਬਹੁਤ ਈਜ਼ੀ ਵਿਰੋਧੀ ਸ਼ਬਦ ਹੈ ਸਭ ਨੂੰ ਪਤਾ ਹੋਊਗਾ ਰਾਈਟ ਆਨਸਰ ਏ ਦੁਖੀ ਨੈਕਸਟ ਆਪਣਾ ਚਾਰ ਆਪਸ਼ਨਾਂ ਦਿੱਤੀਆਂ ਨੇ ਆਪਣਾ ਦਾ ਵਿਰੋਧੀ ਸ਼ਬਦ ਹੈ ਪ੍ਰਾਇਆ ਰਾਈਟ ਆਨਸਰ ਡੀ ਨੈਕਸਟ ਸੰਖੇਪ ਚਾਰ ਆਪਸ਼ਨਾਂ ਦਿੱਤੀਆਂ ਨੇ ਫਰਸਟ ਨੋ ਸੈਕਿੰਡ ਰਾਈਟ ਵਿਸਤਾਰ ਸੰਖੇਪ ਦਾ ਆਪੋਜੀਟ ਵਰਡ ਹੈ ਵਿਸਤਾਰ ਰਾਈਟ ਆਨਸਰ ਬੀ ਨੈਕਸਟ ਕਸਿਆ ਕਸਿਆ ਦਾ ਵਿਰੋਧੀ ਸ਼ਬਦ ਹੁੰਦਾ ਹੈ ਟਿੱਲਾ ਰਾਈਟ ਆਨਸਰ A ਨੈਕਸਟ ਉਸਤਤ ਉਸਤਤ ਦਾ ਵਿਰੋਧੀ ਸ਼ਬਦ ਹੁੰਦਾ ਹੈ ਨਿੰਦਾ ਰਾਈਟ ਆਨਸਰ D ਨੈਕਸਟ ਝੱਲਾ ਝੱਲਾ ਮੀਨਸ ਕਮਲਾ ਤਾਂ ਇਹਦਾ ਆਪੋਜੀਟ ਵਰਡ ਕੀ ਹੋਊਗਾ ਸਿਆਣਾ ਰਾਈਟ ਆਨਸਰ B ਨੈਕਸਟ ਉਜਾੜ ਉਜਾੜ ਮੀਨਸ ਹੁੰਦਾ ਜਿੱਥੇ ਕੋਈ ਨਾ ਹੋਵੇ ਤਾਂ ਇਹਦਾ ਆਪੋਜੀਟ ਵਰਡ ਕੀ ਹੋਊਗਾ ਵਸਤੀ ਜਿੱਥੇ ਰਹਿੰਦੇ ਆ ਲੋਕ ਰਾਈਟ ਆਨਸਰ A ਨੈਕਸਟ ਸੁਚੱਜਾ ਇਹ ਬਹੁਤ ਇੰਪੋਰਟੈਂਟ ਵਿਰੋਧੀ ਸ਼ਬਦ ਹੈ ਇਹ ਪਟਵਾਰੀ ਦੇ ਇਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਹੈ ਸੁਚੱਜਾ ਦਾ ਵਿਰੋਧੀ ਸ਼ਬਦ ਹੁੰਦਾ ਹੈ ਕੁਚੱਜਾ ਰਾਈਟ ਆਂਸਰ ਸੀ ਨੈਕਸਟ ਹੱਕ ਚਾਰ ਆਪਸ਼ਨ ਤੁਹਾਡੀ ਸਕਰੀਨ ਤੇ ਦਿੱਤੀਆਂ ਤੁਸੀਂ ਇਸ ਦਾ ਰਾਈਟ ਆਂਸਰ ਚੂਜ਼ ਕਰ ਸਕਦੇ ਹੋ ਹੱਕ ਦਾ ਹੁੰਦਾ ਹੈ ਨਿਹੱਕ ਰਾਈਟ ਆਂਸਰ ਸੀ ਨੈਕਸਟ ਕਬੂਤਰ ਕਬੂਤਰ ਦਾ ਵਿਰੋਧੀ ਸ਼ਬਦ ਹੁੰਦਾ ਹੈ ਸਪੁੱਤਰ ਰਾਈਟ ਆਂਸਰ ਏ ਨੈਕਸਟ ਖੱਟੂ ਖੱਟੂ ਦਾ ਵਿਰੋਧੀ ਸ਼ਬਦ ਹੁੰਦਾ ਹੈ ਨਖੱਟੂ ਰਾਈਟ ਆਂਸਰ ਬੀ

ਜਨਮ ਦਾ ਵਿਰੋਧੀ ਸ਼ਬਦ ਮਰਨ ਹੁੰਦਾ ਹੈ ਰਾਈਟ ਆਨਸਰ A ਨੈਕਸਟ ਕਰਦੇ ਆਂ ਪਾਪ ਪਾਪ ਦਾ ਓਪੋਜ਼ਿਟ ਵਰਡ ਹੈ ਪੁੰਨ ਰਾਈਟ ਆਨਸਰ D ਉਮੀਦ ਕਰਦੇ ਆਂਗੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਉਹ ਤੱਕ ਲਈ ਸਸ਼ੀ ਕਾਲ